ਨਵਾਜ਼ ਸ਼ਰੀਫ ਅਖਬਾਰ ਵਿੱਚ ਆਪਣੇ ਨਾਂ ਨਾਲ ਜੁੜੀਆਂ ਖਬਰਾਂ ਦੀ ਤਰਦੀਦ ਕਰਤੀ। ਆਖਿਆ ਪੀਪਲਸ ਪਾਰਟੀ ਕੋ ਪੀਟੀਆਈ ਦਾ ਬਗਲ ਬੱਚਾ ਕਹਿੰਦੀ। ਆਖਿਆ ਮੇਰੇ ਨਾਂ ਨਾਲ ਬੇਬੁਨਿਆਦ ਖਬਰਾਂ ਨਸ਼ਰ ਨਾ ਕੀਤੀਆਂ ਵਜਨ। ਗਵਰਨਰ ਸਿੰਧ ਇਮਰਾਨ ਇਸਮਾਇਲ ਦੀ ਅਹੁਦਾ ਸੰਭਾਲਣ ਦੇ ਬਾਅਦ ਪਹਿਲੀ ਦਫ਼ਾ ਮਜ਼ਾਰੇ ਕਾਇਦ ਤੇ ਹਾਜ਼ਰੀ ਫੁੱਲ ਚੜ੍ਹਾਏ ਤੇ ਫਾਤਿਹਾ ਖਾਨੇ ਕੀਤੀ। ਆ ਦਿਨ ਸੂਬੇ ਦੀ ਤਰੱਕੀ ਦੇ ਖੁਸ਼ਹਾਲੀ ਸੰਗੇ ਸਭ ਕੁ ਨਾਲ ਗਿਣ ਤੇ ਟੁਰ ਸਾਂ। ਐਤਸਾਬ ਅਦਾਲਤ ਵਿੱਚ ਦਾਖਲ ਦੀ ਇਜਾਜ਼ਤ ਨਾ ਮਿਲਣ ਤੇ ਵਕਲਾ ਕਾਵੜ ਚਾ ਗਏ। ਅਦਾਲਤੀ ਆਰਡਰ ਕੋ ਵੀ ਜ਼ਮੀਨ ਤੇ ਸੱਟਦਾ ਤੇ ਕਈ ਆਰਡਰ ਕੋ ਨਹੀਂ ਮੰਨਦੇ। ਅਦਾਲਤ ਵੜਨ ਦਿੱਤਾ ਵਜੇ ਪੁਲਿਸ ਦੇ ਖਿਲਾਫ਼ ਸ਼ਦੀਦ ਨਾਅਰੇਬਾਜ਼ੀ। ਅਮਰੀਕੀ ਪਾਬੰਦੀਆਂ ਤੇ ਈਰਾਨ ਦਾ ਕਰਾਰਾ ਜਵਾਬ। ਟਰੰਪ ਸਰਕਾਰ ਦੇ ਖਿਲਾਫ਼ ਆਲਮੀ ਅਦਾਲਤ ਇਨਸਾਫ਼ ਵਿੱਚ ਮੁਕੱਦਮਾ ਕਰਤਾ। ਪਾਬੰਦੀਆਂ ਵਾਪਸ ਲੈਣ ਦਾ ਹੁਕਮ ਦੇਣ ਦਾ ਮੁਤਾਲਬਾ। ਅਮਰੀਕਾ ਕੇਸ ਦਾ ਦਿਫਾਅ ਕਰਨ ਦਾ ਐਲਾਨ ਕਰਤਾ।